ਬੀਤੇ ਕੁਝ ਮਹੀਨੇ ਪਹਿਲਾਂ ਬਲੂ ਵੇਲ ਗੇਮ ਦੇ ਨਾਲ ਬੱਚਿਆਂ ਦੀਆਂ ਹੋਈਆਂ ਕਈ ਮੌਤਾਂ ਦੀਆਂ ਖਬਰਾਂ ਸੁਣਨ ਨੂੰ ਆ ਰਹੀਆਂ ਸਨ, ਪਰ ਹੁਣ ਇੱਕ ਵਾਰ ਫਿਰ ਇਹ ਗੇਮ ਚਰਚਾ ਦਾ ਵਿਸ਼ਾ ਬਣ ਗਈ ਹੈ। ਮਾਮਲਾ ਖੰਨਾ ਦਾ ਹੈ, ਜਿੱਥੇ ਸ਼ਿਵਪੁਰੀ ਮੁਹੱਲੇ ਦੇ ਵਿੱਚ 16 ਸਾਲਾ ਬੱਚਾ ਮਾਨਵ ਵਰਮਾ ਨੇ ਬਲੂ ਵੇਲਸ ਗੇਮ ਨੂੰ ਫੋਲੋ ਕਰਦਿਆਂ ਰੇਲ ਗੱਡੀ ਥੱਲੇ ਆ ਕੇ ਆਪਣੀ ਜਾਨ ਦੇ ਦਿੱਤੀ। ਇਸ ਬਾਰੇ ਰੇਲਵੇ ਪੁਲਿਸ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੱਚੇ ਨੇ ਰੇਲ ਅੱਗੇ ਕੁੱਦ ਕੇ ਖੁਦਕੁਸ਼ੀ ਕੀਤੀ ਹੈ। ਉਹਨਾਂ ਇਸ ਮੌਤ ਪਿੱਛੇ ਬਲੂ ਵੇਲ ਗੇਮ ਨੂੰ ਕਾਰਨ ਮੰਨਿਆ। ਇਹ ਭਾਅ ਜੀ ਘਰਦਿਆਂ ਦੇ ਕਹਿਣ ਮੁਤਾਬਕ ਇਹ ਕਹਿੰਦੇ ਨੇ ਵੀ ਸਾਡਾ ਬੱਚਾ ਕੰਪਿਊਟਰ ਫੋਨ 'ਚ ਐਕਸਪਰਟ ਸੀਗਾ ਜੀ, ਕਾਫੀ ਵੀ ਉਹਦੇ 'ਤੇ ਲੱਗਾ ਰਹਿੰਦਾ ਸੀਗਾ ਵੀ ਹੋ ਸਕਦਾ ਕੋਈ ਗੇਮ ਵਗੈਰਾ ਜਿਹੜੀ ਚੱਲਦੀ ਹੈ ਵੀ ਇਹਦੇ ਪ੍ਰਭਾਵ ਹੇਠਾਂ ਕਿ ਉਹਨੇ ਕੋਈ ਇਹ ਜਿਹੜਾ ਕਦਮ ਚੱਕਿਆ ਹੋ ਸਕਦਾ। ਅੱਛਾ, ਕਿਹੜੀ ਗੇਮ ਕਹਿ ਕੇ ਦੱਸਿਆ ਉਹਨਾਂ ਤੁਹਾਨੂੰ ਕੁਛ? ਇਹ ਕੋਈ ਸੁਣਿਆ ਹੀ ਆ ਬਲੂ ਵੇਲ ਜਿੱਦਾਂ ਇੱਦਾਂ ਚੱਲਦੀ ਹੈ ਜੀ, ਕੋਈ ਇੱਦਾਂ ਦੀ ਗੇਮ ਹੈ, ਇਹਦੇ ਰਿਗਾਰਡਿੰਗ ਦੱਸਦੇ ਨੇ ਮੈਟਰ ਆਈ ਜਿਹੜਾ ਸਾਰਾ ਬਾਕੀ ਤਫਤੀਸ਼ ਚੱਲ ਰਹੀ ਹੈ ਜੀ, ਪੁੱਛਗਿੱਛ ਕਰ ਰਹੇ ਹਾਂ ਜੋ ਕਾਰਵਾਈ ਹੋਈ ਹੈ ਉਸ ਸੰਬੰਧੀ। ਉਧਰ ਬੱਚੇ ਦੇ ਮਾਪੇ ਅਜਿਹਾ ਮੰਨਣ ਤੋਂ ਇਨਕਾਰ ਕਰ ਰਹੇ ਨੇ। ਮਾਪਿਆਂ ਦਾ ਕਹਿਣਾ ਹੈ ਕਿ ਮਾਨਵ ਨੇ ਕਿਸੇ ਦੇ ਕਹਿਣ 'ਤੇ ਅਜਿਹਾ ਕੀਤਾ। ਮਾਨਵ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਖੁਸ਼ ਮਿਜਾਜ ਸੁਭਾਅ ਦਾ ਸੀ ਅਤੇ ਉਸਦੇ ਨਾਲ ਜ਼ਰੂਰ ਕੋਈ ਹਾਦਸਾ ਹੋਇਆ ਜਿਸ ਨੂੰ ਪੁਲਿਸ ਖੁਦਕੁਸ਼ੀ ਕਰਾਰ ਦੇ ਰਹੀ ਹੈ। ਐਵਰੇਜ 90% ਉੱਪਰ ਮਾਰਕਸ ਆਤੇ ਥੇ ਔਰ ਟੀਚਰਸ ਫੇਵਰੇਟ ਥਾ ਵੋ, ਜੋਲੀ ਨੇਚਰ ਕਾ ਥਾ ਔਰ ਸਭੀ ਫਰੈਂਡਸ ਉਸਕੋ ਬਹੁਤ ਅੱਛਾ ਸਮਝਤੇ। ਆਪਕੋ ਕਿਆ ਲਗਤਾ ਹੈ ਵੀ ਕਿਆ ਕਿਆ ਹੁਆ? ਉਸਕੋ ਇੱਕ ਪੈਸ਼ਨ ਥਾ ਕਿ ਮੈਂ ਇੰਡੀਆ ਕੇ ਲਈ ਸਾਈਬਰ ਕ੍ਰਾਈਮ ਕੇ ਲਈ ਕੁਛ ਕਾਮ ਕਰੂੰ, CBI ਮੇਂ ਜਾਂ ਡਿਫੈਂਸ ਮੇਂ ਐਸੀ ਜਗ੍ਹਾ ਪੇ ਜਾਊਂ ਔਰ ਇੰਡੀਆ ਮੇਂ ਕੋਈ ਸਾਈਬਰ ਕ੍ਰਾਈਮ ਹੋਤਾ ਹੈ ਉਸਕੋ ਰੋਕੂੰ ਜਾਂ ਅਟੈਕ ਹੋਤਾ ਉਸਕੋ ਰੋਕੂੰ। ਉਸਕੋ ਉਸਨੇ ਔਨਲਾਈਨ ਕੁਛ ਕੋਰਸਿਸ ਵੀ ਕੀਏ ਥੇ ਔਰ ਉਸਕੋ ਜੋਬ ਆਫਰਸ ਵੀ ਆ ਰਹੀ ਥੀ, ਵੈਸੇ ਪਲੱਸ ਵਨ ਕਲਾਸ ਮੇਂ ਥਾ ਵੋ 90 ਉਸਕੋ 70 ਲੱਖ ਕਾ ਪੈਕੇਜ ਵੀ ਆਫਰ ਹੋ ਚੁੱਕਾ ਥਾ। ਅੱਛਾ, ਕੋਈ ਔਰ ਵੀ ਲੱਗਤਾ ਹੈ ਜੈਸੇ ਬਲੂ ਗੇਮ ਕੀ? ਨਹੀਂ ਨਹੀਂ ਨਹੀਂ, ਗੇਮਸ ਮੇਂ ਕੁਛ ਨਹੀਂ ਥਾ। ਉਸਕੋ ਕਿਸੀ ਨੇ ਕੁਛ ਚੀਜ਼ ਮੇਂ ਫਸਾਇਆ ਹੈ ਔਰ ਉਸਕੋ ਪ੍ਰੈਸ਼ਰਾਈਜ਼ ਕਰਕੇ ਯੇ ਕਦਮ ਉਠਾਇਆ। ਉੱਥੇ ਸੰਬੰਧ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਗੌਰਵ ਮੌਂਗਾ ਨੇ ਦੱਸਿਆ ਕਿ ਬਲੂ ਵੇਲ ਵਰਗੀਆਂ ਜਿੰਨੀਆਂ ਵੀ ਗੇਮਾਂ ਹਨ ਉਹ ਜ਼ਿਆਦਾਤਰ ਛੋਟੇ ਬੱਚਿਆਂ ਦਾ ਮਾਨਸਿਕ ਸੰਤੁਲਨ ਵੀ ਘਟਾ ਦਿੰਦੀਆਂ ਨੇ। ਬਲੂ ਵੇਲ ਗੇਮਸ ਔਰ ਇਹ ਜਿੰਨੀ ਵੀ ਗੇਮਸ ਹੈ ਜੋ ਟੀਨੇਜ ਕੇ ਬੱਚੇ ਹੈ, ਅਡੋਲਸੈਂਟ ਬੱਚੇ ਹੈ, ਜੈਸੇ 12-13 ਸਾਲ ਸੇ ਲੈ ਕੇ 18-20 ਸਾਲ ਤੱਕ ਅਗੇ ਆ ਜਾਤੇ ਹੈ, ਤਬ ਮਾਨਸਿਕ ਵਿਕਾਸ ਹੋ ਰਹਾ ਹੋਤਾ ਹੈ ਬੱਚੇ ਕਾ। ਉਸ ਟਾਈਮ ਪੇ ਅਗਰ ਬੱਚੇ ਕੋ ਹਮ ਕੋਈ ਵੀ ਚੀਜ਼, ਚਾਹੇ ਵੋ ਪੋਜ਼ਿਟਿਵਿਟੀ ਮੇਂ ਹੋ ਚਾਹੇ ਵੋ ਨੈਗੇਟਿਵਿਟੀ ਮੇਂ ਹੋ, ਕੋਈ ਵੀ ਚੀਜ਼ ਅਸੀਂ ਦੇਤੇ ਹੈ ਤੋ ਵੋ ਡਾਇਵਰਟ ਹੋ ਜਾਤੇ ਹੈ। ਯੇ ਕੁਛ ਐਸੀ ਡੇਂਜਰਸ ਗੇਮਸ ਹੈ ਜੋ ਐਸੇ ਲੋਗੋਂ ਨੇ ਬਣਾ ਰੱਖੀ ਹੈ ਸੋ ਦੈਟ ਹਮ ਬੱਚੋਂ ਕੋ ਇੰਗੇਜ ਕਰੇਂ, ਯਾ ਜਿਨਕੋ ਕੁਛ ਨਾ ਕੁਛ ਪ੍ਰੋਬਲਮਸ, ਮਾਨਸਿਕ ਪ੍ਰੋਬਲਮਸ ਖੁਦ ਕੋ ਰਹਿਤੀ ਹੈ, ਇਹ ਉਨ ਲੋਗੋਂ ਨੇ ਬਣਾਈ ਹੋਈ ਹੈ ਖੁਦ ਕੋ ਸੈਟਿਸਫਾਈ, ਖੁਦ ਕੀ ਈਗੋ ਸੈਟਿਸਫਾਈ ਕਰਨੇ ਕੇ ਲੀਏ, ਤੋ ਵੋ ਬੱਚੋਂ ਕੋ ਕੁਛ ਡੇਂਜਰਸ ਸਟੈਪਸ ਦੇਤੇ ਹੈ ਐਸੇ ਜਿਸ ਮੇਂ ਬੱਚੇ ਇਨਵੋਲਵ ਹੋ ਕੇ ਕੱਲ ਕੋ ਆਪਣਾ ਨੁਕਸਾਨ ਵੀ ਕਰ ਲੇਤੇ ਹੈ, ਸੁਸਾਈਡਲ ਵੀ ਹੋ ਜਾਤੇ ਹੈ। ਫਿਲਹਾਲ ਪੁਲਿਸ ਨੇ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਬੱਚੇ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ ਅਤੇ ਉਸਦੀ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।